ਟਾਈਮ ਤਾਂ ਅਸੀਂ ਦੇਖਦੇ ਨੇ ਜੀ ਕਿੰਨਾ ਅਗ ਲੱਗਦਾ ਜੀ ਹਾਂ ਦਰਸ਼ਕ ਵੀਰ ਵੀ ਆਖਣਗੇ ਵੀ ਪ੍ਰਦੀਪ ਨੇ ਕੋ ਕਿਲ ਜੜੇ ਵੇ ਨਹੀਂ ਮੇਰੀ ਫਾਦਰ ਸ਼ਾਬ ਨਾਲ ਇਹ ਹੀ ਹੋਈ ਵੀ ਆਪਾਂ ਇਹੋ ਜੀ ਚੀਜ਼ ਬਣਾਉਣੀ ਹੈ ਵੀ ਆਪਣਾ ਵਿਰਸਾ ਜਿਉਂਦਾ ਰਵੇ ਸਤਿ ਸ਼੍ਰੀ ਅਕਾਲ ਜੀ ਅੱਜ ਨਾਲ ਤੁਹਾਨੂੰ ਇੱਕ ਬਹੁਤ ਸੋਹਣਾ ਦਰਵਾਜ਼ਾ ਦਿਖਾਉਣ ਲੈ ਕੇ ਆਏ ਹਾਂ ਤੇ ਜਿਹੜਾ ਦਰਵਾਜ਼ਾ ਇਹ ਦੇਖ ਕੇ ਤੁਹਾਡਾ ਨਾ ਦਿਲ ਖੁਸ਼ ਹੋ ਜਾਊਗਾ ਬਹੁਤ ਸੋਹਣਾ ਬਣਾਇਆ ਤੇ ਬਹੁਤ ਵਧੀਆ ਕਾਰੀਗਰੀ ਕੀਤੀ ਹੈ ਬਾਈ ਨੇ ਤੇ ਬਾਈ ਤੋਂ ਆਪਾਂ ਸਾਰਾ ਨੇ ਬਾਰੇ ਬਰੀਕੀ ਚ ਜਾਣਾਂਗੇ ਤੇ ਗੱਲਬਾਤ ਕਰਾਂਗੇ ਤੇ ਮੈਂ ਕੈਮਰਾਮੈਨ ਨੂੰ ਕਹਾਂਗਾ ਵੀ ਤੁਸੀਂ ਨਾਲ-ਨਾਲ ਨਾਲ ਨੇੜੇਓਂ ਦਿਖਾ ਦਿਓ ਕਿਉਂਕਿ ਥੋੜੀ ਧੁੱਪ ਕਰਕੇ ਲੁੱਕ ਕਈ ਵਾਰ ਸਪਸ਼ਟ ਨਹੀਂ ਆਉਂਦੀ ਤੇ ਆਪਾਂ ਬਾਈ ਨਾਲ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਆਪਣਾ ਪਹਿਲਾਂ ਤਾਂ ਨਾਮ ਦੱਸੋ ਤੇ ਕਿਹੜੇ ਪਿੰਡ ਦੇ ਇਹ ਆਪਾਂ ਖੜੇ ਆ ਜੀ ਮੇਰਾ ਨਾਮ ਪ੍ਰਦੀਪ ਹੈ ਜੀ ਤੇ ਆਪਾਂ ਰਾਜ ਵਾਲੇ ਪਿੰਡ 'ਚ ਖੜੇ ਹਾਂ ਜੀ ਰਾਜ ਹਾਂਜੀ ਠੀਕ ਆ ਬਾਈ ਜੀ ਤੇ ਹਬੌਰ ਦੇ ਨਾਲ ਹੀ ਹੈ ਜੀ ਠੀਕ ਆ ਬਾਈ ਜੀ ਹਾਂਜੀ ਬਾਈ ਜੀ ਜਿਵੇਂ ਨਾ ਅੱਜ ਕੱਲ ਹਰੇਕ ਆਪਾਂ ਵੈਸੇ ਤਾਂ ਇੰਨੇ ਦਰਵਾਜ਼ੇ ਕੋਈ ਬਣਾਉਂਦੇ ਨਹੀਂ ਬਹੁਤ ਘੱਟ ਪਿੰਡ ਮੰਗ ਰ ਇੱਕ ਅਦਾ ਦਰਵਾਜ਼ਾ ਬਣਦਾ ਹਾਂਜੀ ਤੇ ਇੱਕ ਤਾਂ ਤੁਹਾਡਾ ਇਹ ਦੱਸੋ ਵੀ ਕਿੰਨੇ ਕੁ ਤੁਸੀਂ ਦਰਵਾਜ਼ੇ ਅਜੇ ਤੱਕ ਬਣਾ ਚੁੱਕੇ ਹੋ ਇਸ ਤਰ੍ਹਾਂ ਦੇ ਅਸੀਂ ਲੰਮਸਮ ਗਿਣਤੀ ਤਾਂ ਨਹੀਂ ਮਾਰੀ ਖੈਰ ਫਿਰ ਵੀ 25 ਦਰਵਾਜ਼ੇ ਮਤਲਬ ਬਣਾਤੇ ਜੀ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਜੀ ਕਿੰਨੀ ਕਾਸਟ ਆਏਂਦੀ ਜਿਹੜੀ ਜੇ ਆਪਾਂ ਗੱਲ ਕਰੀਏ ਜੇ ਇਸ ਦਰਵਾਜੇ ਦੇ ਨਾਲ ਇੱਕ ਇਹ ਬਰਾਂਡੇ ਦੀ ਤੌਰ ਆ ਗਿਆ ਤੇ ਇੱਕ ਇਹ ਦੇ ਅੰਦਰ ਤੁਸੀਂ ਡਾਟ ਲੱਗੀ ਹੋਈ ਆ ਤੇ ਇਹਦੇ ਕਿੰਨੀ ਕਾਸਟ ਆਏਂਦੀ ਜੀ ਤੇ ਇਸ ਤੇ ਤੁਸੀਂ ਮੰਨੋ ਜੇ ਆਪਾਂ ਇਹ ਈਟਾਂ ਲਾਉਨੇ ਜੀ ਤੇ ਆਪਣਾ 15 ਤੋਂ 16 ਦੇ ਵਿਚਾਲੇ ਜਿਵੇਂ ਸਣੇ ਆ ਜਿਹੜੀ ਲੱਕੜ ਦੀ ਜੋੜੀ ਹੈ ਨਾਲ ਕੰਪਲੀਟ ਹੋ ਜਾਂਦੀ ਜੀ 15 16 ਲੱਖ ਚ ਸਾਰਾ ਕੰਪਲੀਟ ਹੋ ਜੀ ਜੋੜੀ ਲਾ ਕੇ ਪ੍ਰੋਪਰ ਜਿਹੜੀ ਆਹ ਆ ਦਿਉੜੀ ਹੈ ਇਹਦੇ ਹਿਸਾਬ ਨਾਲ ਹਾਂ ਜੀ ਕਿੰਨੇ ਵਾਈ ਕਿੰਨੇ ਦਾ ਬਈ ਇਹ ਇਹ ਜੀ 23 ਵਾਈ 20 ਦਾ ਜੀ ਠੀਕ ਹੈ ਜੀ ਹਾਂ ਜੀ ਠੀਕ ਹੈ ਠੀਕ ਹੈ ਜੀ ਇਹ ਇਟ ਇੱਕ ਟਾਇਲ ਵਰਤੀ ਆਪਾਂ ਇੱਕ ਦੂਸਰੀ ਮਸ਼ੀਨੀ ਟਾਇਲ ਵਰਤੀ ਹਾਂਜੀ ਹਾਂਜੀ ਹਾਂ ਇੱਕ ਟਾਇਲ ਹੈ ਜੀ ਤੇ ਆ ਮਸ਼ੀਨੀ ਨਰੇਸ਼ਜੀ ਦੇ ਬੱਟੇ ਤੋਂ ਆਈ ਹੈ ਜੀ ਸੰਗਰੀਏ ਬੱਟੇ ਤੋਂ ਸਾਡੇ ਨਾਲ ਹੀ ਹੈ ਜੀ ਸੰਗਰੀ ਵਾਲਾ ਬੱਟਾ ਠੀਕ ਹੈ ਜੀ ਤੇ ਉੱਥੋਂ ਲਈ ਜੀ ਸਾਰੀ ਠੀਕ ਹੈ ਜੀ ਤੇ ਇੱਕ ਵਾਈ ਨਾਲ ਜਿਹੜੇ ਡਿਜ਼ਾਈਨ ਨੇ ਥੋੜਾ ਜਿਹਾ ਇਹਨਾਂ ਦੇ ਚਾਨਣਾ ਪਾਓ ਇੱਕ ਜਿਹੜੇ ਉਹ ਉੱਪਰ ਲਾਏ ਹੋਏ ਨੇ ਆਪਾਂ ਤੇ ਸਾਰਾ ਇਕੱਲੀ-ਕੱਲੀ ਚੀਜ਼ ਦੱਸੋ ਵੀ ਕੀ ਕੀ ਕਿੱਥੋਂ ਡਿਜ਼ਾਈਨ ਆਪਾਂ ਸ਼ੁਰੂ ਤੋਂ ਇੱਥੋਂ ਕਰ ਲਈਏ ਆ ਦਰਵਾਜ਼ੇ ਦੇ ਹਾਂਜੀ ਹਾਂਜੀ ਇਹ ਆਪਾਂ ਮਤਲਬ ਸਾਰਾ ਇਹ ਕਟਿੰਗ ਕਰਕੇ ਡਿਜ਼ਾਈਨ ਤਿਆਰ ਕਰੇ ਜੀ ਇੱਥੇ ਕੋਈ ਐਵੇਂ ਨਹੀਂ ਵੀ ਕੋਈ ਮੁੱਲ ਦੀ ਚੀਜ਼ ਆਈ ਹੈ ਜੀ ਸਾਰਾ ਇੱਥੇ ਗ੍ਰੈਂਡਰ ਕਰਕੇ ਜਿਵੇਂ ਇੱਥੇ ਆ ਜੱਗਾ ਹੈ ਜੀ ਆ ਸੰਦੀਪ ਹੈ ਜੀ ਇਹਨਾਂ ਨੇ ਸਾਰੇ ਮਤਲਬ ਇੱਥੇ ਕਟਿੰਗ ਕਰਦੇ ਸਾਰੇ ਤੇਰੇ ਮੁੰਡਿਆਂ ਨੇ ਨਾਲ ਮਤਲਬ ਹਾਂ ਜੀ ਆ ਇਹ ਸਟਾਫ ਸਾਡਾ ਨਾਲ ਹੈ ਜੀ ਠੀਕ ਹੈ ਜੀ ਇਹ ਸਾਰਾ ਸਟਾਫ ਅਸੀਂ ਇਕੱਠੇ ਆ ਹੋਰ ਵੀ ਹੈ ਜੀ ਠੀਕ ਹੈ ਤੇ ਡਿਜ਼ਾਈਨ ਇੱਥੇ ਕਰਕੇ ਤੇ ਨੂੰ ਮਤਲਬ ਤਿਆਰ ਕਰਦੇ ਜੀ ਤੇ ਇਹਦੇ ਜਿਹੜੇ ਪਾਵੇ ਆ ਅੱਜ ਕੱਲ ਸਿਮੈਂਟ ਦੇ ਆਉਂਦੇ ਆ ਹਾਂ ਲੋਕ ਜ਼ਿਆਦਾਤਰ ਬਾਹਰੋਂ ਮਤਲਬ ਫੈਕਟਰੀਆਂ ਤੋਂ ਲੈਂਦੇ ਨੇ ਹਾਂ ਜੀ ਹਾਂ ਜੀ ਪਰ ਇਹਦੇ ਵਿੱਚ ਆਈ ਸੀ ਆ ਵੀ ਇੱਟਾਂ ਨਾਲ ਤਿਆਰ ਕਰਿਆ ਜੀ ਠੀਕ ਮਤਲਬ ਜੋ ਵੀ ਐਜ ਤੁਸੀਂ ਡਿਜ਼ਾਈਨ ਦੇਖ ਰਹੇ ਹੋ ਦਰਸ਼ਕ ਵੀਰੋ ਉਹ ਸਾਰਾ ਇਹਨਾਂ ਦੇ ਹੱਥੀ ਪ੍ਰਦੀਪ بھائی ਦੇ ਜਾਂ بھائی ਦੇ ਜਿਹੜੇ ਮੁੰਡੇ ਕੰਮ ਕਰਦੇ ਨਾਲ ਤੇ ਇਹਨਾਂ ਦੇ ਹੱਥੀ ਬਣਾਈ ਹੋਈ ਚੀਜ਼ ਹੈ ਕੋਈ ਵੀ ਬਾਜ਼ਾਰੂ ਜਿਹਾ ਕਿਤੋਂ ਲੈ ਕੇ ਨਹੀਂ ਆਇਆ ਹਾਂ ਜਿਹੜਾ ਨਾਮ ਹੈ ਉਹ ਵੀ ਅਸੀਂ ਗ੍ਰੈਂਡ ਨਾਲ ਇੱਥੇ ਕੱਟ ਕੇ ਡਿਜ਼ਾਈਨ ਚੌਧਰੀ ਹਨੂ ਮਾਨਡੇਲੂ ਲਿਖਿਆ ਹੋਇਆ ਜੀ ਹਾਂਜੀ ਹਾਂਜੀ ਇੱਥੇ ਕਟਿੰਗ ਹੈ ਜੀ ਠੀਕ ਹੈ ਹਾਂਜੀ ਮਤਲਬ ਇਹ ਕਿਤੋਂ ਬਣਵਾਇਆ ਨਹੀਂ ਸਿੱਧਾ ਆਪਦੇ ਹੱਥੀ ਕੰਮ ਹਾਂਜੀ 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 ਠੀਕ ਹੈ ਠੀਕ ਹੈ ਜੀ ਬਹੁਤ ਸੋਹਣਾ ਬਈ ਕਲਾ ਤੁਹਾਡੀ ਇਹ ਤੇ ਤੁਸੀਂ ਮਤਲਬ ਇੱਕ ਤਰ੍ਹਾਂ ਜਿਵੇਂ ਪ੍ਰਾਤਨ ਹੁੰਦੇ ਸੀ ਨਾ ਪਹਿਲਾਂ ਹਵੇਲੀਆਂ ਚ ਉਸ ਤਰ੍ਹਾਂ ਦੀ ਤੁਸੀਂ ਚੀਜ਼ਾਂ ਨੂੰ ਸੰਭਾਲ ਕੇ ਉਹਨਾਂ ਬਣਾਉਣ ਦਾ ਤਰੀਕਾ ਥੋੜਾ ਬਹੁਤ ਵਧੀਆ ਹਾਂਜੀ ਹਾਂਜੀ ਤੇ ਆਪਾਂ ਅੰਦਰੋਂ ਨਾ ਡਾਟ ਵੀ ਦਿਖਾਉਣੇ ਆਪਣੇ ਦਰਸ਼ਕ ਵੀਰਾਂ ਨੂੰ ਤੇ ਹੋਰ ਬਾਈ ਜੇ ਇਹ ਕੋਈ ਬਣਵਾਉਣਾ ਚਾਹੁੰਦਾ ਪਹਿਲਾਂ ਤਾਂ ਮਤਲਬ ਇਹਦੇ ਪਿੱਛੇ ਜਿਵੇਂ ਹਵੇਲੀ ਦਾ ਵੀ ਉਵੇਂ ਚਾਹੀਦਾ ਆਪਾਂ ਨੂੰ ਜਾਂ ਮਤਲਬ ਕਿਵੇਂ ਵੀ ਬਣਾ ਸਕਦੇ ਨਹੀਂ ਕੋਈ ਜ਼ਰੂਰੀ ਨਹੀਂ ਜੀ ਹਵੇਲੀ ਦਾ ਜਿਵੇਂ ਹੁਣ ਇਹਨਾਂ ਦੇ ਜਿਹੜਾ ਆਪਾਂ ਬਣਾਈ ਹੈ ਤੇ ਇਹਨਾਂ ਦਾ ਜਿਹੜਾ ਪਿੱਛੇ ਜਿਹੜਾ ਨਕਸ਼ਾ ਹੈ ਉਹ ਕਲਾਸਿਕ ਟਾਈਪ ਹੈ ਜੀ ਠੀਕ ਹੈ ਜੀ ਇੰਗਲਿਸ਼ ਨਾ ਹੋਵੇ ਤਾਂ ਜਿਆਦਾ ਵਧੀਆ ਜੀ ਠੀਕ ਹੈ ਵੀ ਜੇ ਕਲਾਸਿਕ ਟਾਈਪ ਹੋਵੇ ਤਾਂ ਜਿਆਦਾ ਵਧੀਆ ਪਰ ਉਹ ਇੰਗਲਿਸ਼ ਤੇ ਵੀ ਆਪਾਂ ਬਣਵਾ ਸਕਦੇ ਬਣਵਾ ਸਕਦੇ ਕੋਈ ਦਿੱਕਤ ਨਹੀਂ ਹਾਂਜੀ ਹਾਂਜੀ ਠੀਕ ਹੈ ਜੀ ਤੇ ਆਜੋ ਆਪਾਂ ਅੰਦਰ ਨਾਲ ਡਾਟ ਦਿਖਾਉਣੇ ਆ ਬਾਈ ਦਰਵਾਜ਼ਾ ਦੇਖ ਕੇ ਪਹਿਲਾਂ ਦਿਲ ਖੁਸ਼ ਹੋ ਗਿਆ ਦਰਸ਼ਕ ਵੀਰ ਵੀ ਆਖਣਗੇ ਤੇ ਹੁਣ ਜਿਹੜਾ ਡਾਟ ਇੱਕ ਡਾਟ ਆ ਮੈਂ ਪਹਿਲਾਂ ਦਿਖਾਈ ਸੀ ਤੇ ਇੱਕ ਡਾਟ ਇਹ ਆ ਇਹ ਬਈ ਕਿੰਨੇ ਵਾਏ ਕਿੰਨੇ ਦੀ ਡਾਟ ਹੈ ਆ 20 ਵਾਏ 20 ਦੀ ਹੈ ਜੀ ਜਿਹੜੀ ਆ ਡਾਟ ਹਾਂਜੀ ਆ ਠੀਕ ਹੈ ਜੀ ਹਾਂ ਤੇ ਬਈ ਇਹਦੇ ਕਿੰਨਾ ਟਾਈਮ ਹੋ ਗਿਆ ਮਤਲਬ ਡਾਟ ਦਾ ਤੇ ਦਰਵਾਜੇ ਦਾ ਕੰਮ ਕਰਦੇ ਨੂੰ ਆਪਾਂ ਨੂੰ ਇਹਨੂੰ ਹੋ ਗਏ 4 4.5 ਮਹੀਨੇ ਹੋ ਗਏ ਜੀ ਕੰਮ ਚੱਲਦੇ ਨੂੰ ਹਾਂਜੀ ਹਾਂਜੀ ਠੀਕ ਹੈ ਬਈ ਹਾਂਜੀ ਠੀਕ ਹੈ ਇਹ ਸਾਰੀ ਟਾਈਲਾਂ ਟਾਈਲਾਂ ਦਾ ਵਰਕ ਹੈ ਜੀ ਹਾਂ ਵਿੱਚ ਟਾਈਲਾਂ ਜੀ ਕੁਝ ਇਟਾਂ ਜੀ ਤੇ ਇਹਦੇ ਵਿੱਚ ਕੁਝ ਨਵਾਂ ਕਰਿਆ ਇਹਦੇ ਵਿੱਚ ਪੱਥਰ ਵੀ ਪਾਇਆ ਜੀ अच्छा नमांग कर दी क्या मतलब जा, जा। ये कब बकरा भी दिखाइए भी आप हां हां जी हां जी ਇਹਦੇ ਵਿੱਚ ਪੱਥਰ ਵੀ ਪਾਇਆ ਜਿਵੇਂ ਪੱਟੀਆਂ ਡਿਜ਼ਾਈਨ ਕਰਕੇ ਜਿਵੇਂ ਆ ਆਪਣੀ ਬੁਰਜੀ ਦੀ ਸੀ ਜਾਂਦੀ ਆ ਉਹਦੇ ਵਿੱਚ ਵੀ ਪੱਥਰ ਦਿੱਤਾ ਜੀ ਠੀਕ ਹੈ ਜੀ ਵੀ ਥੋੜਾ ਹੋਰ ਅੱਡ ਲੱਗੇ ਕਿਸੇ ਨੂੰ ਠੀਕ ਹੈ ਜੀ हां जी ਇਹ ਆ ਡਿਜ਼ਾਈਨ ਵੀ ਬਾਈ ਤੁਸੀਂ ਕੀਤਾ ਫਿਰ ਇੱਧਰ हां जी ਇਹ ਵੀ ਨਵਾਂ ਹੈ ਪੱਥਰ ਲਾਇਆ ਸਿਮਿੰਟ ਹੋ ਗਿਆ ਤੇ ਇੱਕ ਟਾਇਲ ਹੋ ਗਈ ਹੈ ਨਾ हां जी हां जी ਇਹਨੂੰ ਹਾਂ ਆ ਟਾਇਲ ਹੈ ਪੱਥਰ ਹੈ ਇਹਦੇ ਵਿੱਚ ਥੋੜਾ ਵਧੀਆ ਲੱਗਦਾ ਜੀ ਲਾਲ ਚੇ ਵਾਈਟ ਹੈ ਠੀਕ ਹੈ ਤੇ ਗ੍ਰੇ ਜਿਆਦਾ ਹੁੰਦੀ ਹੈ ਜੀ ਇਹ ਤਾਂ ਜਿਵੇਂ ਆਪਾਂ ਪੁਰਾਣੀ ਲੁੱਕ ਦੀਆਂ ਹਵੇਲੀਆਂ ਦਿਖਾਉਣੇ ਆ ਇਹ ਤਾਂ ਉਹ ਚ ਇੱਕ ਡਿਜ਼ਾਈਨ ਵੀ ਚੱਲ ਜੂ ਬਾਹਰ ਜੇ ਚੱਲਣਾ ਹਾਂਜੀ 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 ਬਹੁਤ ਵਧੀਆ ਲੱਗਦਾ ਜੀ ਠੀਕ ਹੈ ਜੀ ਹਾਂਜੀ ਇੱਕ ਪ੍ਰਦੀਪ ਜੀ ਮੈਂ ਤੁਹਾਡੇ ਬਾਰੇ ਸੁਣਿਆ ਤੇ ਤੁਸੀਂ ਜਿਹੜਾ ਇੱਕ ਵਾਰ ਡਿਜ਼ਾਈਨ ਬਣਾਤਾ ਦੁਬਾਰੇ ਨਹੀਂ ਬਣਾਉਂਦੇ ਇਹ ਜੀ ਕਿੰਨੀ ਕਿਸ ਚਾਹੀਏ ਨਹੀਂ ਸਹੀ ਗੱਲ ਹੈ ਜੀ ਇਹ ਠੀਕ ਹੈ ਜੀ ਵੀ ਜਿਹੜਾ ਡਿਜ਼ਾਈਨ ਅਸੀਂ ਪੂਰੀ ਦਿਓੜੀ ਜਿਵੇਂ ਤਿਆਰ ਕਰ ਦਿੰਦੇ ਆ ਤੇ ਜਿੰਨੇ ਵੀ ਤੁਸੀਂ ਦੇਖੋਗੇ ਹੁਣ ਤੁਸੀਂ ਛੱਤ ਦੇਖੇ ਜਿਹੜੀ ਉਹ ਛੱਤ ਦੇਖੀ ਤੇ ਹੁਣ ਆਹ ਛੱਤ ਦੇਖਦੇ ਹੋ ਸਾਰੀ ਅੱਡੇ ਜੀ ਠੀਕ ਹੈ ਜੀ ਠੀਕ ਹੈ ਜੀ ਜਿੰਨਾ ਤੇ ਬਈ ਜਿਵੇਂ ਇੱਕ ਐਡੀ ਡਾਟ ਹੋ ਗਈ ਵਿੱਚ ਨਾ ਦਰਸ਼ਕ ਵੀਰ ਕਮੈਂਟ ਕਰ ਦਿੰਦੇ ਨੇ ਯਾਰ ਇਹ ਰਿਸਕੀ ਐ ਡਿੱਗ ਜੂਗੀ ਇਹ ਕਿੰਨੀ ਕਦੀ ਲਾਈਫ ਆ ਤੇ ਕੋਈ ਖਤਰੇ ਵਾਲੀ ਗੱਲ ਤਾਂ ਨਹੀਂ ਹੈਗੀ ਨਹੀਂ ਡਾ ਡਾਟ ਜਿਹੜੀ ਹੈ ਮੈਂ ਤੁਹਾਨੂੰ ਪਹਿਲਾਂ ਵੀ ਆਖਿਆ ਜੀ ਜਿਹੜੀ ਡਾਟ ਹੈ ਉਹ ਕਦੇ ਜਾਂਦੀ ਨਹੀਂ ਜੀ ਹਾਂ ਆਰ ਸੀ ਸੀ ਆ ਉਹਦੀ ਮਿਆਦ ਹੁੰਦੀ ਹੈ ਵੀ 20 ਸਾਲ ਕਰ ਲੋ ਜਾਂ 30 ਸਾਲ ਕਰ ਲੋ ਠੀਕ ਹੈ ਜੀ ਉਸ ਤੋਂ ਬਾਅਦ ਉਹਦੇ ਚੱਪੜਾਂ ਜਿਹਾ ਉਤਰ ਲੱਗ ਜਾਂਦੀ ਜੀ ਹਾਂ ਹਾਂ ਠੀਕ ਹੈ ਹਾਂ ਪਰ ਜਿਹੜੀ ਡਾਟ ਹੈ ਇਹਨੇ ਨਹੀਂ ਜਾਣਾ ਜੀ ਕਦੇ ਵੀ ਠੀਕ ਹਾਂਜੀ ਬਹੁਤ ਵਧੀਆ ਲੱਗਿਆ ਵੀਰ ਹਾਂਜੀ ਆਹ ਡਾਟ ਹੈ ਜੀ ਆ ਇੱਥੇ ਡਾਟ ਲੱਗੀ ਹੈ ਤੇ ਇਹਦੇ ਉੱਤੇ ਚਾਰ ਇੱਟਾਂ ਦਾ ਅੱਧਾ ਚੌੜਾ ਹੋ ਗਿਆ ਜੀ ਉੱਤੇ ਜਾ ਕੇ ਅੱਛਾ ਜੀ ਤੇ ਇਹਦੇ ਵਿੱਚ ਕੋਈ ਸਰੀਆ ਨਹੀਂ ਪਾਇਆ ਜੀ ਠੀਕ ਹੈ ਠੀਕ ਹੈ ਤੇ ਹੁਣ ਇਹਦੇ ਉੱਤੇ ਇੰਨਾ ਲੋਡ ਹੈ ਫਿਰ ਵੀ ਇਹਨੇ ਮਤਲਬ ਇਹ ਵੀ ਆਪ ਚ ਇੱਟਾਂ ਦੀ ਪਾਕੜੀ ਇੰਨੀ ਮਜ਼ਬੂਤ ਬਣ ਜਾਂਦੀ ਵੀ ਹਲਦੀ ਨਹੀਂ ਹੈ ਹਾਂਜੀ ਹਲਦੀ ਨਹੀਂ ਜੀ ਠੀਕ ਹੈ ਜੀ ਤੇ ਇਹ ਤਾਂ ਬਈ ਬਰੀਕੀ ਕੰਮ ਹੈ ਤੇ ਟਾਈਮ ਬਹੁਤ ਲੱਗਦਾ ਹੋਣਾ ਫਿਰ ਇਹ ਟਾਈਮ ਤਾਂ ਅਸੀਂ ਦੇਖਦੇ ਨੇ ਜੀ ਕਿੰਨਾ ਲੱਗਦਾ ਜੀ ਹਾਂ ਠੀਕ ਹੈ ਜੀ ਹਾਂ ਟਾਈਮ ਬਹੁਤ ਜ਼ਿਆਦਾ ਲੱਗਦਾ ਹੈ ਜੀ ਜਦੋਂ ਉਹਨੂੰ ਸਪਾਈ ਕਰਨੀ ਤੇ ਉਹ ਅਸੀਂ ਮਤਲਬ ਪਹਿਲਾਂ ਹੀ 5 6 ਦਿਨ ਪਹਿਲਾਂ ਹੀ ਸੋਚਣ ਲੱਗ ਜਾਂਦੇ ਆ ਵੀ ਇਸ ਦੇ ਵਿੱਚ ਕੀ ਡਿਜ਼ਾਈਨ ਕਰਾਂਗੇ ਆਪਾਂ ਕਿਵੇਂ ਬਣਾਵਾਂਗੇ ਠੀਕ ਹੈ ਤੇ ਉਹ ਸਾਮ ਨਾਲ ਜੀ ਇਹਨੂੰ ਤਿਆਰ ਕਰਦੇ ਜਿਵੇਂ ਦਰਵਾਜੇ ਦਾ ਵੀ ਜਿਹੜਾ ਡਿਜ਼ਾਈਨ ਹੈ ਉਹ ਸਾਰਾ ਤੁਹਾਡਾ ਆਪ ਦੀ ਹੈ ਜਾਂ ਕਿਸੇ ਆਰਕੀਟੈਕਟ ਤੋਂ ਵੀ ਲੈ ਲੈਂਦੇ ਨਹੀਂ ਆਰਕੀਟੈਕਟ ਤੋਂ ਨਹੀਂ ਲੈਂਦੇ ਜੀ ਅਸੀਂ ਆਪ ਦਾ ਹੀ ਹੁੰਦੇ ਸਾਡਾ ਹਾਂ ਹਾਂ ਜੀ ਹਾਂ ਜੀ ਵੀ ਪਹਿਲਾਂ ਇਹਦੀ ਨਾ ਪੈਲਸੀ ਨਾਲ ਸਾਰੀ ਡਰਾਇੰਗ ਤਿਆਰ ਕਰਦੇ ਹਾਂ ਜੀ ਸਾਡੇ ਕੋਲੇ ਆਸਵਿਧਤਾ ਨਹੀਂ ਵੀ ਲੈਪਟਾਪ ਹੈ ਪਰ ਪੈਲਸੀ ਨਾਲ ਅਸੀਂ ਪਹਿਲਾਂ ਡਰਾਇੰਗ ਤਿਆਰ ਕਰਕੇ ਉਸ ਤੋਂ ਬਾਅਦ ਫਿਰ ਅਸੀਂ ਉਹਦੇ ਹਿਸਾਬ ਨਾਲ ਚੱਲਦੇ ਹਾਂ ਜੀ ਠੀਕ ਹੈ ਬਈ ਜੀ ਹਾਂਜੀ ਤੇ ਇੱਕ ਪ੍ਰਦੀਪ ਜੀ ਆਪਣਾ ਨਾਂ ਮੋਬਾਈਲ ਨੰਬਰ ਦਰਸ਼ਕਾਂ ਨਾਲ ਸ਼ੇਅਰ ਕਰ ਦਿਓ ਜੇ ਕੋਈ ਵੀਰ ਆਪਣੇ ਤੋਂ ਕੰਮ ਕਰਵਾਉਣਾ ਚਾਹੁੰਦਾ ਹੈ ਨਾ 90237 37053 ਜੀ ਹਾਂਜੀ ਠੀਕ ਹੈ ਜੀ ਆਪਣਾ ਪਿੰਡ ਕਿੱਥੇ ਜਪੈਂਦਾ ਹੈ ਕਿ ਜੇ ਕੋਈ ਕਈ ਵਾਰ ਦੇਖਣ ਵੀ ਆਉਂਦਾ ਇਹ ਪਿੰਡ ਕਿੱਥੇ ਪੈਂਦਾ ਇਹ ਹਬੌਰ ਦੇ ਕੋਲੇ ਹੀ ਹੈ ਜੀ ਹਾਂਜੀ ਤੇ ਮੇਰਾ ਪਿੰਡ ਹੀ ਹਬੌਰ ਦੇ ਨਾਲ ਹੀ ਹੈ ਜੀ 15 ਕਿਲੋਮੀਟਰ ਪਿੰਡ ਖਾਟਵਾ ਜੀ ਠੀਕ ਹੈ ਹਾਂਜੀ ਹੋਰ ਬਈ ਤੁਸੀਂ ਕੀ ਦੱਸਣਾ ਹਾਂਜੀ ਇੱਕ ਹੋਰ ਚੀਜ਼ ਮੈਂ ਦਿਖਾ ਦੇਣਾ ਜਿਵੇਂ ਨਾ ਸਾਰੇ ਜਿੰਨੇ ਵੀ ਗੇਟ ਬਣਦੇ ਆ ਉਹ ਫਰੰਟ ਤੋਂ ਹੀ ਤਿਆਰ ਕਰਦੇ ਆ ਪਰ ਸਾਡੇ ਜਿੰਨੇ ਵੀ ਗੇਟ ਦੇਖੋਗੇ ਤੁਹਾਨੂੰ ਪਿਛਲੀ ਸਾਈਡ ਵੀ ਡਿਜ਼ਾਈਨ ਪੂਰਾ ਵਧੀਆ ਮਿਲੂਗਾ ਜਿਵੇਂ ਅੰਦਰ ਕੋਠੀ ਦੇ ਬੈਠ ਕੇ ਤੁਸੀਂ ਦੇਖਦੇ ਹੋ ਆ ਚ ਜਾ ਕੇ ਦੇਖ ਲਓ ਜੀ ਮਤਲਬ ਇਹ ਕਹਿੰਦੇ ਹੁੰਦਾ ਜੇ ਕੋਈ ਕਸਟਮਰ ਆਪਣਾ ਰਿਸ਼ਤੇਦਾਰ ਆ ਕੇ ਉੱਥੇ ਬਹਿ ਜਾਂਦਾ ਤਾਂ ਉਹਨੂੰ ਵੀ ਦੇਖ ਕੇ ਦਿਲ ਖੁਸ਼ ਹੋਊਗਾ ਵੀ ਅੰਦਰੋਂ ਵੀ ਆਪਣਾ ਇੱਕ ਦਰਵਾਜ਼ਾ ਉਹ ਚੀਜ਼ ਆ ਦੇਖੋ ਪੂਰੀ ਮਤਲਬ ਗੁਲਾਈ ਨਾਲ ਜਿਵੇਂ ਅੱਗੇ ਸਪਾਈ ਨਾਲ ਕੰਮ ਕਰਿਆ ਉਹ ਹੀ ਸਪਾਈ ਨਾਲ ਮਤਲਬ ਪਿੱਛੇ ਕੰਮ ਮਤਲਬ ਪੂਰਾ ਵਧੀਆ ਤਰੀਕੇ ਨਾਲ ਤੇ ਉਹ ਡਿਜ਼ਾਈਨ ਕਰਿਆ ਜੀ ਠੀਕ ਹੈ ਜੀ ਹਾਂ ਜੀ ਬਹੁਤ ਵਧੀਆ ਭਾਈ ਥੋੜਾ ਕੰਮ ਦੇਖ ਕੇ ਦਿਲ ਖੁਸ਼ ਹੋ ਜਾਂਦਾ ਤੇ ਦਰਸ਼ਕ ਵੀਰਾਂ ਨੂੰ ਮੈਂ ਬੇਨਤੀ ਕਰਾਂਗਾ ਵੀ ਲਾਈਕ ਸ਼ੇਅਰ ਕਰ ਦਿਓ ਵੀਡੀਓ ਨੂੰ ਤੇ ਕਮੈਂਟ ਕਰਕੇ ਜਰੂਰ ਦੱਸਿਓ ਬਾਈ ਦਾ ਕੰਮ ਕੀਤਾ ਹੋਇਆ ਕਿਵੇਂ ਕਿਹੜੀ ਗੱਲੋਂ ਕਿਹੜੀ ਚੀਜ਼ ਆਪ ਨੂੰ ਵਧੀਆ ਲੱਗੀ ਜਰੂਰ ਕਮੈਂਟ ਕਰਿਓ ਜਿਵੇਂ ਜੀ ਆਪਣਾ ਜਿਸ ਮਿਸਤਰੀ ਨੇ ਇਹ ਦਰਵਾਜ਼ਾ ਬਣਾਇਆ ਤੇ ਅੰਦਰ ਡਾਟ ਲਾਈਆ ਪ੍ਰਦੀਪ ਜੀ ਨਾਲ ਗੱਲਬਾਤ ਕੀਤੀ ਪਰ ਜਿਨ੍ਹਾਂ ਦਾ ਇਹ ਘਰ ਹੈ ਹੁਣ ਉਹਨਾਂ ਤੋਂ ਜਾਣਾਂਗੇ ਵੀ ਇਹਦੇ ਕਿਵੇਂ ਇੱਛਕ ਹੋਏ ਵੀ ਕਿਉਂਕਿ ਅੱਜ ਕੱਲ੍ਹ ਹਰ ਕੋਈ ਨਵੀਂ ਚੀਜ਼ ਬਣਾਉਣੀ ਚਾਹੁੰਦਾ ਤੇ ਤੁਸੀਂ ਪਰਾਤਨ ਮਤਲਬ ਦਰਵਾਜ਼ਾ ਬਣਾਇਆ ਇਹਦੇ ਪਿੱਛੇ ਦਾ ਕੀ ਰਿਝਣਾ ਬਾਈ ਬਾਈ ਜੀ ਐਦਾਂ ਗੱਲ ਵੀ ਪਹਿਲਾਂ ਆਪਾਂ ਸੋਚਿਆ ਸੀ ਘਰ ਬਣਾਈਏ ਆਪਾਂ ਜਿਵੇਂ ਨਕਸ਼ੇ ਵਾਲੇ ਕੋਲ ਗਏ ਉਹ ਕਹਿੰਦੇ ਨਵੇਂ ਡਿਜ਼ਾਈਨ ਪਰ ਮੇਰੀ ਸੋਚ ਆਇਆ ਵੀ ਆਪਾਂ ਜਿਵੇਂ ਪਿੰਡਾਂ ਛੁੱਟੇ ਆ ਪਿੰਡਾਂ 'ਚ ਰਹਿ ਰਹੇ ਆ ਲੋਕ ਬਾਹਰ ਜਾ ਰਹੇ ਆ ਤੇ ਆਪਣੇ ਵਿਰਸੇ ਨੂੰ ਭੁੱਲ ਰਹੇ ਆ ਮੇਰੇ ਫਾਦਰ ਸਾਹਿਬ ਨਾਲ ਇਹ ਹੀ ਹੋਈ ਵੀ ਆਪਾਂ ਇਹੋ ਜੀ ਚੀਜ਼ ਬਣਾਉਣੀ ਹੈ ਵੀ ਆਪਣਾ ਵਿਰਸਾ ਜਿਉਂਦਾ ਰਵੇ ਵਿਚਾਰ ਬੰਦੇ ਵੇਖਣ ਵੀ ਕੋਈ ਚੀਜ਼ ਬਣਾਈ ਸੱਭੇ ਯਾਰ ਨੂੰ ਯਾਦ ਰੱਖੀ ਹਾਂਜੀ ਠੀਕ ਆ ਬਾਈ ਨਹੀਂ ਠੀਕ ਹੈ ਜੀ ਇਹ ਮਤਲਬ ਤੁਹਾਡਾ ਆਈਡੀਆ ਸੀ ਜਾਂ ਫਿਰ ਫਾਦਰ ਸਾਹਿਬ ਦਾ ਕਿ ਦੋਨਾਂ ਨਾਲ ਮਿਲ ਕੇ ਹੀ ਗੱਲਬਾਤ ਹੋਈ ਐਵੇਂ ਨਾ ਜੀ ਜਿਵੇਂ ਮੈਂ ਜਦੋਂ ਘਰੇ ਗੱਲ ਕੀਤੀ ਉਹ ਵੀ ਬੜੇ ਗੱਲ ਤੋਂ ਖੁਸ਼ ਹੋਏ ਵੀ ਯਾਰ ਚੀਜ਼ ਆਪਾਂ ਉਹੀ ਬਣਾਉਣੀ ਹੈ ਵੀ ਆਪਣਾ ਵਿਰਸਾ ਜਾਗਦਾ ਰਹੇ ਬਸ ਇਦਾਂ ਸੀਗਾ ਤਾਂ ਕਰਕੇ ਫਿਰ ਆਪਾਂ ਪ੍ਰਦੀਪ ਜੀ ਨਾਲ ਗੱਲ ਕੀਤੀ ਫਿਰ ਆਪਾਂ ਨੂੰ ਟਾਈਮ ਦਿੱਤਾ ਇਹਨਾਂ ਨੇ ਫਿਰ ਹੌਲੀ ਹੌਲੀ ਠੀਕ ਹੈ ਬਈ ਬਹੁਤ ਵਧੀਆ ਉਤਮ ਆ ਤੁਹਾਡਾ ਮਤਲਬ ਤੁਸੀਂ ਵਿਰਸੇ ਨੂੰ ਸੰਭਾਲ ਰਹੇ ਹੋ ਤੇ ਇੱਕ ਬਈ ਜਿਵੇਂ ਹਜੇ ਕੰਮ ਚੱਲ ਰਿਹਾ ਆਪਣਾ ਆ ਗੇਟ ਰਹਿੰਦਾ ਤੇ ਗੇਟ ਵੀ ਤੁਸੀਂ ਫਿਰ ਕਿਸ ਸਟਾਈਲ ਦਾ ਲਾਉਣਾ ਜਮਾ ਪੁਰਾਣੀ ਲੁੱਕ ਵਾਲਾ ਗੇਟ ਜਮਾ ਪੁਰਾਣੀ ਲੁੱਕ ਵਾਲਾ ਹੀ ਬਣਾਉਣਾ ਜੀ ਬਸ ਐਦਾਂ ਵੀ ਆਪਾਂ ਬਣਾਉਣਾ ਦਿੱਤਾ ਹੋਇਆ ਇੱਕ ਵਾਰੀ ਥੋੜਾ ਸੇਫਟੀ ਵਾਸਤੇ ਆ ਲਾਇਆ ਵਿਆ ਠੀਕ ਹੈ ਜੀ ਤੇ ਦਿੱਤਾ ਵੇ ਜੀ ਉਹ ਬਣਨਾ ਜਲਦੀ ਆਪਾਂ ਇੱਕ ਵਜੇ ਨਾ ਮੈਂ ਦੇਖ ਰਿਹਾ ਸੀਗਾ ਪ੍ਰਦੀਪ ਜੀ ਨਾਲ ਵੀ ਗੱਲ ਹੋ ਸਕੀ ਇਹ ਇਹ ਭਾਂਡਾ ਜਿਵੇਂ ਇਹ ਕਿਵੇਂ ਬਣਾਇਆ ਬਈ ਜੀ ਇਹ ਐ ਨਾ ਜੀ ਜਿਵੇਂ ਫਾਦਰ ਸਾਹਿਬ ਦੀ ਸੋਚ ਸੀ ਬਈ ਆਪਾਂ ਬਾਹਰ ਜ ਬਾਹਰ ਜਦੋਂ ਘਰੋਂ ਬਾਹਰ ਨਿਕਲੀ ਅੰਦਰੋਂ ਦਿਖਾ ਦੇ ਮੈਮ ਕਹਿਣਾ ਉਧਰ ਹੀ ਦਿਖਾ ਦੇ ਠੀਕ ਹੈ ਬਾਈ ਜੀ ਤੇ ਜਦੋਂ ਕੋਈ ਚਾਰ ਬੰਦੇ ਬੈਠੇ ਹੋਈਏ ਨਾਲ ਇਹ ਚੀਜ਼ ਦੀ ਥੋੜੀ ਸ਼ੋਭਾ ਬਣਾਉਂਦਾ ਏ ਫਿਰ ਇਹਨਾਂ ਨੇ ਆਪ ਦੀ ਸੋਚ ਨਾਲ ਹੀ ਬਣਾਇਆ ਫਿਰ ਮੈਂ ਪ੍ਰਦੀਪ ਭਾਈ ਸਾਹਿਬ ਨਾਲ ਮਿਲ ਕੇ ਇਹਨੂੰ ਹੋਰ ਚੰਗਾ ਬਣਾਉਣ ਵਾਸਤੇ ਇਹਨੂੰ ਠੀਕ ਹੈ ਅੱਗੇ ਵਧੇ ਜੀ ਤੇ ਤੁਹਾਡੇ ਫਾਦ ਸਾਹਿਬ ਨਾਲ ਗੱਲਬਾਤ ਕਰਾਂਗੇ ਬਹੁਤ ਬਹੁਤ ਧੰਨਵਾਦ ਬਾਈ ਜੀ ਤੇ ਸਸੀਕਾਲ ਜੀ ਪਹਿਲਾਂ ਤਾਂ ਸਰ ਆਪਣਾ ਨਾਮ ਤੇ ਆਪਣਾ ਮਾਰ ਡੈਲੂ ਰਾਜਾਂ ਵਾਲੀ ਠੀਕ ਹੈ ਜੀ ਤੇ ਪਿੰਡ ਰਾਜਾਂ ਵਾਲੀ ਹਾਂਜੀ ਠੀਕ ਹੈ ਜੀ ਤੇ ਜਿਵੇਂ ਬਾਈ ਨੇ ਦੱਸਿਆ ਵੀ ਦਰਵਾਜੇ ਨੂੰ ਜੋ ਤੁਸੀਂ ਦੱਸਿਆ ਤੁਸੀਂ ਵੀ ਖੁਸ਼ ਹੋਏ ਵੀ ਯਾਰ ਆਪਾਂ ਪ੍ਰਾਤਨ ਚੀਜ਼ ਬਣਾ ਰਹੇ ਆ ਤੇ ਇਹ ਭਾਂਡੇ ਦਾ ਵੀ ਦੱਸੋ ਥੋੜਾ ਜਿਹਾ ਵੀ ਮੇਰਾ ਆਪਣੇ ਕੋਲੇ ਫਰੰਟ ਕੰਮ ਸੀਗਾ ਇਹ 게ਟ 게ਟ ਸੀ ਕੱਲਾ ਠੀਕ ਹੈ ਜੀ ਇਹਨੂੰ ਪਿੱਛੇ ਟਾ ਕੇ ਬਣਾਇਆ ਤਾਂ ਵੀ ਥੋੜੇ ਲੁੱਕ ਜ਼ਿਆਦਾ ਆਵੇ ਠੀਕ ਹੈ ਜੀ ਬਾਹਰਲੇ ਪਾਸੇ ਤੇ ਇੱਕ 게ਟ ਸ ਹਮੇਸ਼ਾ ਬੰਦ ਰਹਿੰਦਾ ਹੈ ਠੀਕ ਹੈ ਜੀ ਇੱਥੇ ਜਿਵੇਂ ਕੁਰਸੀਆਂ ਪਈ ਰਵੇ ਠੀਕ ਹੈ ਜੀ ਕੋਈ ਰਿਸ਼ਤੇਦਾਰ ਆਵੇ ਬਾਹਰ ਕੋਈ ਪਿੰਡ ਦਾ ਹੀ ਬੈਠੇ ਦੋਸਤ ਮਿੱਤਰ ਜਾਂ ਪਿੰਡ ਦਾ ਠੀਕ ਹੈ ਹਾਂ ਹਾਂ ਸੋਹਣਾ ਲੱਗਦਾ ਹੈ ਠੀਕ ਹੈ ਨਾਲਿਆਂ ਦੇ ਨਾਲ ਲੁੱਕ ਆ ਗਈ ਜ਼ ਠੀਕ ਹੈ ਜੀ ਹੂੰ ਤੇ ਇੱਕ ਨਾ ਜਿਵੇਂ ਅੱਜ ਕੱਲ ਹਰ ਕੋਈ ਹੁੰਦਾ ਹੈ ਵੀ ਕਹਿੰਦਾ ਮੇਰਾ ਬੇਟਾ ਬਾਹਰ ਭਾਗ ਗਿਆ ਮੇਰਾ ਬੇਟਾ ਇੱਧਰ ਭਾਗ ਗਿਆ ਪਰ ਤੁਹਾਡੇ ਬੇਟੇ ਨੇ ਤੁਹਾਨੂੰ ਇੰਨਾ ਵਧੀਆ ਸਾਥ ਦਿੱਤਾ ਵੀ ਇਸ ਤਰ੍ਹਾਂ ਦਾ ਦਰਵਾਜ਼ਾ ਬਣਾਇਆ ਪੁਰਾਣੀ ਲੁੱਕ ਦਾ ਤਾਂ ਇਹਦੇ ਨਾਲ ਇਹ ਕਹਿੰਦਾ ਸੀਨਾ ਦਾ ਆਪਣਾ ਚੌੜਾ ਹੁੰਦਾ ਹੁੰਦਾ ਤੇ ਕਿਵੇਂ ਮਹਿਸੂਸ ਹੁੰਦਾ ਤੇ ਜੇ ਦਰਸ਼ਕਾਂ ਨੂੰ ਤੁਸੀਂ ਕੀ ਕਹਿਣਾ ਚਾਹੋ ਹਾਂ ਬਹੁਤ ਵਧੀਆ ਮਹਿਸੂਸ ਹੁੰਦਾ ਠੀਕ ਹੈ ਜੀ ਹਾਂ ਠੀਕ ਹੈ ਚੰਗੀ ਪੁਰਾਣੀ ਆਪਣਾ ਵਿਰਸਾ ਜਿੰਦਾ ਹੈ ਠੀਕ ਹੈ ਜੀ ਪੁਰਾਣੇ ਰਿਵਾਜ ਜਿਹੜੇ ਅੰਦਰ ਆਪਾਂ ਕੋਈ ਚੀਜ਼ ਰੱਖਾਂਗੇ ਠੀਕ ਹੈ ਜੀ ਜਿਵੇਂ ਕੋਈ ਮੋੜੇ ਆ ਜਿਵੇਂ ਹੋਰ ਚੀਜ਼ਾਂ ਪੁਰਾਣੀ ਵਰਸੇ ਦੀ ਰੱਖਾਂਗੇ ਠੀਕ ਹੈ ਜੀ ਹੂੰ ਤੇ ਬਹੁਤ ਬਹੁਤ ਧੰਨਵਾਦੀ ਤੁਹਾਡਾ